ਸਿਰੇ ਉੱਤੋਂ ਲੰਘਣ ਭਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਉਹ ਸਾਡੀਆਂ ਕਿੱਥੇ ਉੱਚੀਆਂ ਗੱਲਾਂ, ਮੈਂ ਤਾਂ ਬਾਈ ਦੇ ਬਾਰੇ ਗੱਲ ਕਰ ਰਹੀ ਸੀ, ਹਲੇ ਵੀ ਨਹੀਂ ਪਤਾ ਲੱਗਿਆ। ਉਹੀ ਬਾਈ ਜਿਹੜਾ ਦਿਲ ਦਾ ਨਹੀਂ ਵਾੜਾ, ਯਾਨੀ ਸਿੱਧੂ ਮੂਸੇਵਾਲਾ। ਵੈਸੇ ਬਾਈ ਨੇ ਨਾ ਅੱਜ ਕੱਲ੍ਹ ਚਾਰੇ ਪਾਸੇ ਆਪਣੇ ਗੀਤਾਂ ਦੇ ਨਾਲ ਧੁੰਮਾ ਪਾਈਆਂ ਪਈਆਂ ਨੇ ਅਤੇ ਚਾਰੇ ਪਾਸੇ ਬੱਲੇ ਬੱਲੇ ਕਰਾਈ ਪਈ ਆ। ਹੁਣ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਦੇ ਮੂੰਹ 'ਤੇ ਸਿੱਧੂ ਮੂਸੇਵਾਲਾ ਚੜਿਆ ਪਿਆ, ਅਤੇ ਇਸੇ ਕਰਕੇ ਮੈਂ ਸੋਚਿਆ ਅੱਜ ਬਾਈ ਦੇ ਬਾਰੇ ਥੋੜ੍ਹੀਆਂ ਬਹੁਤ ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਚੈਨਲ ਸ਼ਾਨ ਪੰਜਾਬੀ ਦੇ ਪ੍ਰੋਗਰਾਮ ਸ਼ਾਈਨ ਸਟਾਰ ਦੇ ਵਿੱਚ ਆਪਾਂ ਥੋੜ੍ਹੀਆਂ ਬਹੁਤ ਗੱਲਾਂ ਬਾਤਾਂ ਕਰਾਂਗੇ ਸਿੱਧੂ ਮੂਸੇਵਾਲਾ ਦੇ ਬਾਰੇ। ਅਤੇ ਸਭ ਤੋਂ ਪਹਿਲਾਂ ਆਪਾਂ ਸਿੱਧੂ ਮੂਸੇਵਾਲਾ ਦੇ ਜੀਵਨ ਦੇ ਵੱਲ ਇੱਕ ਛੋਟੀ ਜਿਹੀ ਝਾਤ ਮਾਰ ਕੇ ਦੇਖਦੇ ਹਾਂ। ਉਹ ਤੋਂ ਬਾਅਦ ਆਪਾਂ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਵੱਲ ਇੱਕ ਛੋਟੀ ਜਿਹੀ ਝਾਤ ਮਾਰ ਕੇ ਦੇਖਾਂਗੇ। ਚਲੋ ਜੀ ਫਿਰ ਕਰਦੇ ਹਾਂ ਸ਼ੁਰੂਆਤ। ਸਿੱਧੂ ਮੂਸੇਵਾਲੇ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਇੱਕ ਪਿੰਡ ਮੂਸਾ ਦੇ ਵਿੱਚ ਹੋਇਆ, ਅਤੇ ਮਾਪਿਆਂ ਨੇ ਆਪਣੇ ਪੁੱਤ ਦਾ ਨਾਮ ਰੱਖਿਆ ਸ਼ੁਭਦੀਪ ਸਿੰਘ ਸਿੱਧੂ। ਅਤੇ ਪਰ ਹੁਣ ਗੱਲ ਕਰੀਏ ਉਸਦੀ ਗਾਇਕੀ ਦੇ ਬਾਰੇ, ਤਾਂ ਸਿੱਧੂ ਮੂਸੇਵਾਲੇ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਜ਼ਿਆਦਾ ਸ਼ੌਕ ਰਿਹਾ, ਅਤੇ ਉਹਨਾਂ ਨੇ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣਾ ਇਹ ਸ਼ੌਕ ਪੂਰਾ ਕਰਨ ਦੇ ਬਾਰੇ ਸੋਚ ਲਿਆ। ਪਰ ਉਹਨਾਂ ਦੇ ਇਸ ਸਮੇਂ ਦੇ ਦੌਰਾਨ ਦੀ ਇੱਕ ਅਜਿਹੀ ਘਟਨਾ ਹੈ ਜੋ ਕਿ ਉਹਨਾਂ ਨੇ ਇੱਕ ਇੰਟਰਵਿਊ ਦੇ ਰਾਹੀਂ ਦੱਸੀ। ਉਹ ਘਟਨਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹਾਂਗੀ। ਜਦੋਂ ਸਿੱਧੂ ਮੂਸੇਵਾਲੇ ਨੇ ਗਾਇਕੀ ਦੇ ਸਫ਼ਰ ਦੇ ਵਿੱਚ ਅੱਗੇ ਜਾਣ ਬਾਰੇ ਸੋਚਿਆ, ਤਾਂ ਉਹਨਾਂ ਨੂੰ ਆਪਣੇ ਸਭ ਤੋਂ ਪਹਿਲੇ ਗੀਤ ਦੇ ਲਈ ਲੋੜ ਸੀ ਇੱਕ ਵਧੀਆ ਰਾਈਟਰ ਦੀ, ਅਤੇ ਉਹ ਉਸ ਸਮੇਂ ਦੇ ਇੱਕ ਮਸ਼ਹੂਰ ਰਾਈਟਰ ਦੇ ਕੋਲ ਗਏ ਗਾਣਾ ਲੈਣ ਦੇ ਲਈ। ਪਰ ਰਾਈਟਰ ਨੇ ਸਿੱਧੂ ਮੂਸੇਵਾਲੇ ਦੇ ਨਾਲ ਕੁਝ ਸਹੀ ਵਿਵਹਾਰ ਨਹੀਂ ਕੀਤਾ। ਇਸ ਗੱਲ ਦੀ ਬਾਈ ਦੇ ਦਿਲ 'ਤੇ ਬਹੁਤ ਠੇਸ ਲੱਗੀ, ਅਤੇ ਉਹ ਤੋਂ ਬਾਅਦ ਫਿਰ ਜੱਟ ਨੇ ਸੋਚ ਲਿਆ ਕਿ ਅੱਜ ਤੋਂ ਬਾਅਦ ਆਪੇ ਗਾਣੇ ਲਿਖਣੇ ਨੇ, ਅਤੇ ਵੀ ਬਾਈ ਜੀ ਨੇ ਫਿਰ ਆਪੇ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ। ਅਤੇ ਉਹਨਾਂ ਨੇ ਆਪਣੇ ਲਿਖੇ ਹੋਏ ਗੀਤਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੀਤ ਦਿੱਤਾ ਨਿੰਜੇ ਨੂੰ। ਗੀਤ ਦਾ ਨਾਮ ਸੀ ਲਾਇਸੈਂਸ। ਗੀਤ ਸੁਪਰ ਡੁਪਰ ਹਿੱਟ ਰਿਹਾ ਅਤੇ ਦਰਸ਼ਕਾਂ ਨੇ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਇਸ ਤੋਂ ਬਾਅਦ ਬਾਈ ਦੀ ਬੱਲੇ ਬੱਲੇ ਹੋ ਗਈ। ਅਤੇ ਹਰ ਇੱਕ ਮਸ਼ਹੂਰ ਸਿੰਗਰ ਬਾਈ ਦੇ ਗੀਤ ਲੈਣਾ ਚਾਹੁੰਦਾ ਸੀ, ਅਤੇ ਬਾਈ ਨੇ ਕਿੰਨੇ ਹੀ ਗੀਤ ਮਸ਼ਹੂਰ ਸਿੰਗਰਸ ਨੂੰ ਦਿੱਤੇ ਵੀ, ਅਤੇ ਉਹਨਾਂ ਦੇ ਸਾਰੇ ਹੀ ਗੀਤ ਬਾਕਮਾਲ ਸੀ ਅਤੇ ਸਾਰੇ ਗੀਤ ਉਹਨਾਂ ਦੇ ਸੁਪਰ ਡੁਪਰ ਹਿੱਟ ਰਹੇ। ਪਰ ਹੁਣ ਬਾਈ ਨੇ ਆਪਣਾ ਸੁਪਨਾ ਪੂਰਾ ਕਰਨ ਬਾਰੇ ਸੋਚਿਆ, ਯਾਨੀ ਉਹ ਆਪਣਾ ਸਭ ਤੋਂ ਪਹਿਲਾ ਗੀਤ ਲੈ ਕੇ ਆਏ ਜਿਸ ਦਾ ਨਾਮ ਸੀ ਜੀ ਵੈਗਨ। ਇਹ ਗੀਤ ਉਹਨਾਂ ਦਾ ਸੁਪਰ ਡੁਪਰ ਹਿੱਟ ਰਿਹਾ, ਪਰ ਇਹ ਗੀਤ ਉਹਨਾਂ ਦਾ ਡਿਊਟ ਵੀ ਸੀ ਜੋ ਕਿ ਉਹਨਾਂ ਨੇ ਗੁਰਲੇਜ਼ ਅਖਤਰ ਦੇ ਨਾਲ ਗਾਇਆ ਸੀ। ਆਓ ਜੀ ਪਹਿਲਾਂ ਇਹ ਗੀਤ ਸੁਣਦੇ ਹਾਂ। ਖਾਣੇ ਘਰਾਣੇ ਬਲੀਏ ਬੱਲੀਆਂ ਦੇ ਵੱਟ ਖਾਣੇ ਲਾਣੇ ਬਲੀਏ ਰੱਖ ਕਰ ਪਾਨਾ ਉੱਤੇ ਖਾਂਦੇ ਰੋਟੀਆਂ ਉੱਥੋਂ ਦੇ ਨਿਆਣੇ ਕੀ ਸਿਆਣੇ ਬਲੀਏ ਆਓ ਜੀਰੇ ਉੱਤੇ ਜਿਵੇਂ ਜੱਟ ਦਾ ਮੁਕਾਬਲਾ ਆਓ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਤੇਰੇ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆਈ ਨਹੀਂ ਜੱਟ ਦਾ ਮੁਕਾਬਲਾ ਸੋ ਹਾਈ ਟ੍ਰੈਂਡ ਆਓ ਸਿਰ ਉੱਤੋਂ ਲੰਘਣੇ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਅਤੇ ਹੋਰ ਵੀ ਕਿੰਨੇ ਹੀ ਸੁਪਰ ਡੁਪਰ ਹਿੱਟ ਗੀਤ। ਅਤੇ ਅੱਜ ਅਸੀਂ ਚੈਨਲ ਸ਼ਾਨ ਪੰਜਾਬੀ ਦੇ ਪ੍ਰੋਗਰਾਮ ਸ਼ਾਈਨ ਸਟਾਰ ਦੇ ਵਿੱਚ ਬਾਈ ਸਿੱਧੂ ਮੂਸੇਵਾਲਾ ਦੇ ਬਾਰੇ ਜ਼ਿਕਰ ਕਰਨ ਦੇ ਵਿੱਚ ਮਾਣ ਮਹਿਸੂਸ ਕਰ ਰਹੇ ਹਾਂ, ਅਤੇ ਬਾਈ ਜੀ ਹਮੇਸ਼ਾ ਇੱਦਾਂ ਤਰੱਕੀਆਂ ਕਰਦੇ ਰਹੋ ਅਤੇ ਇੱਦਾਂ ਹੀ ਸਾਡੇ ਪੰਜਾਬ ਦਾ ਮਾਣ ਵਧਾਉਂਦੇ ਰਹੋ। ਅਤੇ ਦਰਸ਼ਕੋ ਅੱਜ ਦੇ ਲਈ ਇੰਨਾ ਹੀ, ਮਿਲਾਂਗੇ ਅਗਲੀ ਵਾਰ ਇੱਕ ਨਵੇਂ ਐਪੀਸੋਡ ਦੇ ਨਾਲ। ਉਦੋਂ ਤੱਕ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਸਤਿ ਸ਼੍ਰੀ ਅਕਾਲ ਜੀ।